हां जी ਤੁਹਾਡਾ ਨਾਮ? ਮੈਂ ਗੁਰਿੰਦਰ ਸਿੰਘ ਪਾਟਿਆ ਜੀ। ਪਾਟਿਆ ਜੀ ਦੱਸੋ ਕੀ ਦਿੱਕਤ ਆ ਰਹੀ ਹੈ? ਦਿੱਕਤ ਇਹ ਆ ਰਹੀ ਹੈ ਜੀ, ਦੇਖੋ ਨਰਿੰਦਰ ਮੋਦੀ ਹੋਣਾ ਨੇ ਜਿਹੜਾ 3-4 ਦਿਨ ਤੋਂ ਇੱਥੇ ਖਪਖਾਨਾ ਜਿਹੜਾ ਪਿਆ ਆ ਪੁਲਿਸ ਪ੍ਰਸ਼ਾਸਨ ਵੱਲੋਂ, ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਇੱਥੋਂ ਲੰਘਣਾ ਆ, ਤੇ ਇਹਦੇ ਕਾਰਨ ਦੁਕਾਨਦਾਰਾਂ ਨੂੰ ਬੜਾ ਪਰੇਸ਼ਾਨ ਕੀਤਾ ਜਾ ਰਿਹਾ ਆ, ਕਿਉਂਕਿ ਮਾਰਕੀਟ ਤੇ ਅੱਗੇ ਹੀ ਬੜੀ ਸਲੋ ਆ, ਕੋਈ ਕਸਟਮਰ ਆਉਂਦਾ ਕੋਈ ਆਉਂਦਾ ਏ, ਤੇ ਇੱਥੇ ਦੇਖਦੇ ਆ ਵੀ ਕਿਸੇ ਨੂੰ ਗੱਡੀ ਨਹੀਂ ਖੜੀ ਕਰਨ ਦਿੰਦੇ, ਕਿਸੇ ਨੂੰ ਮੋਟਰਸਾਈਕਲ ਨਹੀਂ ਖੜਾ ਕਰਨ ਦਿੰਦੇ, ਤੇ ਇਸ ਕਰਕੇ ਜਿਹੜਾ ਨਰਿੰਦਰ ਮੋਦੀ ਨੇ ਇੱਥੋਂ ਲੰਘਣਾ ਏ, ਸਾਨੂੰ ਬਾਜ਼ਾਰ ਨੂੰ ਬੜੀ ਦਿੱਕਤ ਏ। ਸਾਡੇ ਜਿਹੜੇ ਬਾਜ਼ਾਰ ਵਾਲੇ ਆ ਇਹ ਚਾਹੁੰਦੇ ਨਹੀਂ ਕਿ ਨਰਿੰਦਰ ਮੋਦੀ ਦਾ ਫਰਜ਼ ਬੰਦਾ ਸੀ ਕਿ ਹੈਲੀਕਾਪਟਰ ਤੇ ਉੱਥੋਂ ਚੜ੍ਹਦਾ ਤੇ ਉੱਥੋਂ ਉਤਰ ਜਾਂਦਾ। ਵੋਟਾਂ ਮੰਗਣ ਆ ਰਹੇ ਨੇ ਪੰਜਾਬ ਦੇ ਵਿੱਚ, ਪਰ ਬਿਲਕੁਲ ਵੀ ਵੋਟਿੰਗ ਨਹੀਂ ਹੋਏਗੀ ਭਾਜਪਾ ਨੂੰ। ਅਸੀਂ ਇਹ ਦੁਕਾਨਦਾਰ ਆਪਣਾ ਪ੍ਰਣ ਕਰਦੇ ਹਾਂ ਕਿ ਅਸੀਂ ਇੱਕ ਇੱਕ ਵੋਟ ਜਿਹੜੀ ਏ ਉਹ ਆਪਣਾ ਕਾਂਗਰਸ ਪਾਰਟੀ ਨੂੰ ਪਾਵਾਂਗੇ, ਨਾ ਕਿ ਅਸੀਂ ਭਾਜਪਾ ਨੂੰ ਅਸੀਂ ਲਾਈਕ ਕਰਦੇ ਹਾਂ ਅਤੇ ਨਾ ਹੀ ਭਾਜਪਾ ਨੂੰ ਵੋਟ ਪਾਵਾਂਗੇ। ਤੁਹਾਡਾ ਕੀ ਕਹਿਣਾ ਕਿ ਦਿੱਕਤ ਆ ਰਹੀ ਹੈ ਬਹੁਤ ਜ਼ਿਆਦਾ, ਤੁਸੀਂ ਕੌਂਸਲਰ? ਮੈਂ ਜੀ ਇੱਥੋਂ, ਮੇਰੀ ਵਾਈਫ ਮੱਲਾ ਰਾਣੀ ਕੌਂਸਲਰ ਆ, ਇੱਥੋਂ ਲਗਾਤਾਰ 4 ਦਿਨ ਦੇ ਉੱਤੋਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਨੇ ਮੇਰੇ ਖਿਆਲ ਆਉਣਾ, ਪਰ ਆਉਣ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ, ਜੀ ਅਸੀਂ ਜਿੱਥੇ ਮਰਜ਼ੀ ਆ ਤਾਂ ਪ੍ਰਧਾਨ ਮੰਤਰੀ ਆ ਸਕਦਾ, ਪਰ 4 ਦਿਨ ਦੇ ਲੋਕਾਂ ਨੂੰ ਇੰਨਾ ਪਰੇਸ਼ਾਨ ਕੀਤਾ, ਨਾਲ ਸਾਡੀ 4 ਬੈਂਕਾਂ, ਨਾ ਕੋਈ ਬੰਦਾ ਪੈਸੇ ਕਢਾ ਸਕਦਾ, ਨਾ ਕੋਈ ਖਾਣ ਵਾਸਤੇ ਕੋਈ ਸਮਾਨ ਕੋਈ ਲੈ ਸਕਦਾ, ਨਾ ਕੋਈ ਕੱਪੜਾ ਲੀਡਰ ਖਰੀਦ ਸਕਦਾ। ਇਹਨਾਂ ਦੁਕਾਨ ਪੁਲਿਸ ਵਾਲਿਆਂ ਨੇ ਸਵੇਰੇ ਲੱਗ ਕੇ ਸਾਰੇ ਬੁਰਾ ਪੂਰਾ ਔਰ ਬਾਜ਼ਾਰ ਨਿਗਾਹ ਮਾਰ ਲਓ, ਪੂਰਾ ਬਾਜ਼ਾਰ ਹੀ ਨੇ ਬੰਦ ਕਰਾਤਾ ਪੁਲਿਸ ਨਾਲ ਲੱਗ ਕੇ। ਇਹ ਥੋੜ੍ਹਾ ਪ੍ਰਧਾਨ ਮੰਤਰੀ ਉਹਦਾ ਮਤਲਬ ਹੈ ਅੱਗੇ ਤੁਸੀਂ ਸਾਰੇ ਆਪਣੇ ਕੋਲ ਗਰੀਬਾਂ ਤੰਗ ਕਰੋ, ਤੁਸੀਂ ਤਾਂ ਉਲਟਾ ਕਹਿੰਦੇ ਰੋਟੀ ਦੇਣੀ ਹੈ, ਰੁਜ਼ਗਾਰ ਦੇਣਾ, ਰੁਜ਼ਗਾਰ ਸਾਡਾ ਬੰਦ ਕਰਦੇ ਪਏ ਆ। ਪਰ ਸੁਰੱਖਿਆ ਦੀ ਤਾਂ ਧਿਆਨ ਰੱਖਣਾ ਪੈਂਦਾ, ਕਿਉਂਕਿ ਪਿਛਲੀ ਵਾਰ ਜੋ ਹੋਇਆ ਸੀ ਉਹ ਜੋ ਸੁਰੱਖਿਆ ਵਾਲਾ ਪਿਛਲੀ ਵਾਰ ਵੀ ਉਹ ਅੱਜ ਵੀ ਇਹ ਕੁਛ ਹੋਣਾ ਜੀ, ਸੁਰੱਖਿਆ ਵਿੱਚ ਕੋਈ ਹਲਵਾ ਨਹੀਂ। ਲੋਕ ਉੱਦਾਂ ਹੀ ਨੂੰ ਬੀਜੇਪੀ ਨੂੰ ਮੂੰਹ ਨਹੀਂ ਲਾਗ ਰਿਹਾ ਜੀ, ਜਗ੍ਹਾ ਜਿਹੜਾ ਕਿਸਾਨ 7-8 ਸੌ ਬੰਦਾ ਮਰਿਆ, ਕਿਸਾਨ ਮਰਿਆ ਭਰਾਵਾਂ ਦਾ, ਉਹ ਸਾਰੇ ਕਿਤੇ ਭੁੱਲ ਥੋੜ੍ਹ ਗਏ ਆ। ਅੱਜ ਸਾਡਾ ਬੰਦਾ ਮੇਰੇ ਥੱਪੜ ਮਾਰ ਦੇ, ਮੇਰਾ ਭਰਾ ਮਾਰ ਦੇ ਤਾਂ ਮੈਂ ਭੁੱਲ ਜਾਵਾਂਗੇ ਤੈਨੂੰ? ਕੋਈ ਇੱਦਾਂ ਇੱਦਾਂ ਹੀ ਗੱਲਬਾਤ ਨਹੀਂ ਹੈ ਕਿ ਦੇਖੋ ਅੱਜ ਵੀ ਢੋਲ ਪਾਈਏ ਵੀ ਸਾਰੇ ਕੁਰਸੀਆਂ ਖਾਲੀ ਮਿਲਣੀਆਂ, ਚੈੱਕ ਕਰਕੇ ਲੋਕ ਦੇਖ ਲਓ ਪ੍ਰਧਾਨ ਮੰਤਰੀ ਆ ਗਏ। ਆਪ ਸਵਾਗਤ ਕਰ ਰਹੇ ਹੋ? ਨਹੀਂ, ਨਰਿੰਦਰ ਮੋਦੀ ਦਾ ਬਸ ਕੁਝ ਕਹਿਣਾ? ਨਹੀਂ ਜੀ, ਕੁਝ ਨਹੀਂ ਕਰਨਾ। ਸਰ ਆਪਾਂ ਨਾ ਨੋਰਮਲੀ ਹੈ ਮਹੱਲੇਦਾਰ ਹੈ, ਇੱਥੇ ਦੇਖੋ ਇੱਕ ਆਹ ਰਸਤਾ ਜਾਂਦਾ, ਇੱਕ ਉਹ ਰਸਤਾ ਜਾਂਦਾ, ਕੋਈ ਗਰੀਬ ਬੰਦਾ ਉਹਨੂੰ ਨਿਕਲਣ ਨਹੀਂ ਦੇ ਰਹੇ, ਪੁਲ ਦੇ ਬਿਲਕੁਲ ਥੱਲਿਓ ਦੀ ਹੋ ਕੇ ਜਾ ਰਿਹਾ। ਜੇ ਕਿਸੇ ਨੇ ਇੱਧਰੋਂ ਜਾਣਾ ਸਰ ਉਹ ਨੰਗਲ ਛਾਮਾ ਚੌਂਕ ਉੱਧਰੋਂ ਜਾ ਰਿਹਾ, ਬਹੁਤ ਜ਼ਿਆਦਾ ਇਹ ਬਹੁਤ ਗਲਤ ਗੱਲ ਹੈ ਕਿ ਪ੍ਰਧਾਨ ਮੰਤਰੀ ਤੋਂ ਫਿਰ ਲੋਕਾਂ ਨੂੰ ਕੀ ਲੈਣਾ ਜਾਣਾ, ਜਦੋਂ ਲੋਕਾਂ ਨੇ ਤਾਂ ਆਪਣਾ ਕੰਮ ਕਰਕੇ ਰੋਟੀ ਖਾਣੀ ਹੈ। ਉਹਨਾਂ ਨੂੰ ਤੰਗ ਕੀਤਾ ਜਾ ਰਿਹਾ, ਨਾ ਕੋਈ ਰਿਕਸ਼ਾ ਚੱਲ ਰਿਹਾ, ਨਾ ਕੋਈ ਆਟੋ ਚੱਲ ਰਿਹਾ, ਬਹੁਤ ਗਲਤ ਗੱਲ। ਕਿੰਨੇ ਦਿਨ ਤੋਂ ਹੋ ਗਿਆ ਸਰ? 4 ਦਿਨ ਹੋ ਗਏ ਇਹ, 4 ਦਿਨ ਤੋਂ ਬੰਦੇ ਬਹੁਤ ਜ਼ਿਆਦਾ, ਅਤੇ ਪੁਲਿਸ ਦਾ ਮਿਸਬਿਹੇਵ ਵੀ ਹੈ ਲੋਕਾਂ ਨਾਲ ਬਹੁਤ ਜ਼ਿਆਦਾ, ਸਹੀ ਤਰ੍ਹਾਂ ਨਾਲ ਡੀਲ ਵੀ ਨਹੀਂ ਕਰਦਾ। ਹੁਣ ਜੇ ਕੋਈ ਬਿਮਾਰ ਹੈ, ਜੇ ਕੋਈ ਇੱਦਾਂ ਸਿੱਧਾ ਨਿਕਲਣਾ ਚਾਹੁੰਦਾ ਉਹਨੂੰ ਨਿਕਲ ਨਹੀਂ ਦਿੰਦੇ, ਉੱਪਰੋਂ ਦੀ ਚੱਲ ਕੇ ਆਉਂਦੇ। ਗੁੱਡਵਿਲ ਹਸਪੀਟਲ ਆ ਜੀ, ਉੱਧਰ ਕੋਈ ਬੰਦਾ ਜਾਣ ਸਕਦਾ, ਆ ਨਾਲ ਪੀਐਨਬੀ ਬੈਂਕ ਦੇ ਲੋਕ ਦੀ ਖਾਲੀ ਪਏ, ਬੰਦੇ ਪੈਸੇ ਲੋਡ ਹੈ ਜਾਣਾ, ਬੰਦਾ ਤਰ੍ਹਾਂ ਦਾ ਕਰਦਾ ਸਮਾਨ ਪੈਸੇ ਲੈਣ ਵਾਸਤੇ, ਫਿਰ ਖੜੇ ਨਹੀਂ ਹੋਣ ਦਿੰਦੇ ਪਏ ਕਿ ਦੇਖੋ ਜਿਹੜਾ ਛੋਟੀਆਂ ਮਾਰਦੇ ਰਹੋ, ਦੱਸੇ ਰਿਹਾ ਦੱਸੀਆਂ ਬੰਨ ਦੇ ਪੁਲ ਦੇ, ਉਹ ਦੇਖੋ ਟੋਲ ਤੱਕ ਬੈਰੀਕੇਟ ਲਾਤੇ ਰਾਮਣੀ ਪੁਲ ਤੱਕ, ਜਿਹੜੀ ਪੀਐਨਬੀ ਗਰਾਊਂਡ ਹੈ ਉੱਥੇ ਹੈਲੀਪੈਡ ਹੈਗਾ ਜੀ, ਪ੍ਰਧਾਨ ਮੰਤਰੀ ਉੱਥੇ ਉਤਰਦਾ ਉੱਥੇ ਚੱਲ ਜਾਂਦਾ, ਕੋਈ ਗੱਲਬਾਤ ਨਹੀਂ, ਲੋਕ ਪਰੇਸ਼ਾਨ ਤਾਂ ਹੁੰਦੇ। ਹੁਣ ਦੇਖੋ ਤੁਸੀਂ ਇੱਥੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਿਆ ਹੀ ਆ, ਉਹ ਮੋਟਰਸਾਈਕਲ ਘੁੰਮਦਾ, ਉਹਨੂੰ ਕੀ ਗੱਲ ਹੋ ਗਈ ਕੁਛ? ਉਹ ਵੀ ਤਾਂ ਘੁੰਮਦਾ ਫਿਰਦਾ, ਉਹ ਵੀ ਤਾਂ ਆਮ ਨਾਗਰਿਕ ਹੀ ਗਿਰ ਗਿਆ। ਜੇ ਆਪਾਂ ਚੰਗੇ ਕੰਮ ਕੀਤੇ ਆਪਾਂ ਨੂੰ ਕੋਈ ਚੰਗਾ ਬੜਾ ਮਾਰ ਨਹੀਂ ਕਰਦਾ। ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਅੱਜ ਪ੍ਰਧਾਨ ਮੰਤਰੀ ਆਏ ਨੂੰ ਜੀ ਆਏ ਕਰਦੇ, ਸਾਰੇ ਆਉਣ, ਸਾਰਿਆਂ ਨੇ ਆਪਣੀ ਪਾਰਟੀ ਵਾਸਤੇ ਆਉਣਾ, ਆਉਣ। ਪਰ ਲੇਕਿਨ ਜਿਹੜਾ ਅੱਜ ਜਿਹੜਾ ਉਹ ਕੰਮ ਕਰਦੇ ਪਏ ਨਾ, ਆ ਗਰੁੱਬਤ ਤੰਗ ਕਰਦੇ, ਉਹ ਬਹੁਤ ਤੰਗ ਆ। ਸਾਰੀ ਦੁਨੀਆ ਅੱਜ ਮੈਂ ਲੋਕਾਂ ਮਹੱਲਿਆਂ 'ਚ ਜਾ ਕੇ ਦੇਖਿਆ, ਕੋਈ ਬੰਦਾ ਸਮਾਨ ਲੱਗ ਡੱਗੀ ਲੱਗ ਬਾਹਰ ਨਹੀਂ ਜਾ ਸਕਿਆ। ਉਹ ਕਹਿੰਦੇ ਦਿਹਾੜੀ ਬਣਾਉਣੀ, ਦਿਹਾੜੀ ਕਿੱਥੋਂ ਬਣਾ ਕੇ ਲਿਆ ਗਿਆ? ਉਹ ਜੇ ਸਵੇਰੇ ਕਮਾਉਣਾ ਸ਼ਾਮੀ ਖਾਣਾ, ਕਿਹੜਾ ਰੁਜ਼ਗਾਰ? 15-15 ਲੱਖ ਰੁਪਏ ਲੋਕਾਂ ਨੂੰ ਸਾਲ ਸਾਲ ਦਿੱਤਾ ਸੀ, ਉਹ ਲੋਕਾਂ ਨੂੰ ਅੱਜ ਤੱਕ ਖਾਤੇ ਪਏ ਨਹੀਂ, ਆਹ ਸਾਰੇ ਗਰੀਬ ਲੋਕ ਖੜੇ ਆ, ਕਿਸੇ ਨੂੰ ਪੈਸਾ ਨਹੀਂ ਮਿਲਿਆ। ਅਸੀਂ ਇਸ ਚੀਜ਼ ਦਾ ਬਹੁਤ ਜ਼ਿਆਦਾ ਵਿਰੋਧ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਦਾ ਇੱਥੇ ਆਉਣ 'ਤੇ, ਕਿ ਪਿੱਛੇ ਜੀ ਇਹ ਸੀਗਾ ਵੀ ਪ੍ਰਧਾਨ ਮੰਤਰੀ ਮੋਦੀ ਜੀ ਉਹ ਕਹਿੰਦੇ ਜੀ ਬਹਾਨਾ ਪਾ ਲਿਆ ਉਹਦਾ ਆਪਣਾ, ਕੀ ਕਹਿੰਦੇ ਬਾਰਿਸ਼ ਦਾ ਜਾਂ ਜਨਤਾ ਨਹੀਂ ਪਹੁੰਚੀ, ਪਰ ਅਸੀਂ ਇਸ ਚੀਜ਼ ਦਾ ਪ੍ਰਣ ਕਰਦੇ ਹਾਂ। ਤੁਸੀਂ ਆਪ ਪ੍ਰੈਸ ਜਿਹੜੀ ਉੱਥੇ ਪਹੁੰਚ ਕੇ ਦੇਖਿਓ ਕਿ ਕੁਰਸੀਆਂ ਬਿਲਕੁਲ ਖਾਲੀ ਮਿਲਣਗੀਆਂ, ਲੋਕ ਅੱਜ ਵੀ ਮਰਤੇ ਦਮ ਤੱਕ ਵੀ ਇਸ ਭਾਜਪਾ ਦਾ ਵਿਰੋਧ ਕਰਨਗੇ, ਤਾਂ ਕਿ ਜੋ ਮੋਦੀ ਨੇ ਦੁਕਾਨਦਾਰਾਂ ਨਾਲ ਜਾਂ ਆਮ ਜਨਤਾ ਦੇ ਨਾਲ ਜੋ ਕਰ ਛੜਿਆ ਹੈ ਉਹ ਤਾਂ ਕੀਤਾ ਹੀ ਹੈ, ਪਰ ਅੱਜ ਦਾ ਮਾਹੌਲ ਦੇਖੋ ਕਿ ਜਿਹੜਾ ਮੋਦੀ ਦੇ ਆਉਣ ਕਰਕੇ ਜਿਹੜੇ ਦੁਕਾਨਦਾਰ ਭਰਾ ਆ ਜਾਂ ਲੋਕ ਕੁਝ ਫੇਰਿਆਂ ਵਾਲੇ ਆ ਜਾਂ ਰੇਹੜੀਆਂ ਵਾਲੇ ਆ ਜਾਂ ਕੋਈ ਵੀ ਆ, ਇਹ ਸਾਰੇ ਅੱਜ 4 ਦਿਨ ਹੋ ਗਏ ਘਰੋਂ ਬੇਕਾਰ ਹੋਏ ਹੋਏ ਆ। ਮੈਂ ਦੇਖਦਾ ਕਿ ਇਹ ਜਿਹੜਾ ਹੈਗਾ ਸਾਡੇ ਵਿੱਚ ਬੜਾ ਭਾਰੀ ਰੋਸ ਆ, ਅਸੀਂ ਇਸ ਰੋਸ ਨੂੰ ਆਪਣਾ ਕੀ ਕਹਿੰਦੇ ਜਾਰੀ ਰੱਖਾਂਗੇ, ਪਰ ਜੇ ਪੁਲਿਸ ਪ੍ਰਸ਼ਾਸਨ ਨੇ ਸਾਡੀਆਂ ਦੁਕਾਨਾਂ ਬੰਦ ਕਰਾਉਣ ਦਾ ਧੱਕਾ ਲਾਇਆ ਤਾਂ ਅਸੀਂ ਵਿਰੋਧ ਕਰਾਂਗੇ ਅਤੇ ਅਸੀਂ ਧਰਨਾ ਲਾਉਣ ਤੋਂ ਵੀ ਮਜਬੂਰ ਹੋਵਾਂਗੇ। ਬੜੀ ਵਧੀਆ ਡਾਕਟਰ।
ਵੀ ਹੈ ਧੱਕੇ ਸਾਈ ਹੈ ਰਾਮਾਂ ਵਾਲੀਆਂ ਗਰੀਬਾਂ ਦੀਆਂ ਕੰਨਾਂ ਬੰਦ ਪਈਆਂ पुलिस क्यों इंटरफेयर कर रही है दुकान भी इत्थों बंदे लंघदे आ दुकानदारां नूं इशारा दे के जांदे आ सोटियां राही कि अपने डंडिया राही की दुकान बंद की मैडम तुम सामने कैमरा मार के देख लो खोल सकते हैं पर बाहर भी कलिन लगा चलो ठीक है सर दुकान खोलने दुकान है ना कि फुटपाथ कि कई रेहड़ी वाले लोग जिहड़े ने गरीब तबके दे लोग ने जिन्हां ने जो कमाउणा उही खाणा घर जाके जेकर उन्हां दी रेहड़ियां नहीं लगणगीआं कस्टमर्स नहीं आणगे हाउ दे कैन सरवाइव प्रधानमंत्री आ रहे इट डजंट मीन कि उन्हां दा रोजगार बंद कर दिता जावे आई डोंट मीन टू से भी बंदा सरवाइव ना करे सरवाइवल दा मतलब ए नहीं है आजादी दा मतलब की है जब तक मैं तुहानूं टच ना करा रोड कदे वास्ते हैगा अच्छा दसो तुसी कहंदे हो रोड चलन वास्ते हुंदी है गड्डी अज तक तो कभी होया नहीं प्रशासन मुर्दाबाद मुर्दाबाद नहीं चलेगी।
ਚਾਰ ਦਿਨ ਹੋ ਗਏ ਚਾਰ ਦਿਨ ਸਾਨੂੰ ਟੈਂਟ ਦਿੱਤਾ ਜਾ ਰਿਹਾ ਸਾਨੂੰ ਟੈਂਟ ਦਿੱਤਾ ਜਾ ਰਿਹਾ ਤੁਹਾਨੂੰ ਕਿਹੜੀ ਹਾਲਤ ਕਾਣ ਦਾ ਪੱਕੇ ਨਾ ਬੰਦ ਕਰਾਈਏ ਪੱਕੇ ਸ਼ਾਹੀ ਨਹੀਂ ਚਲੇਗੀ ਭਾਜੀ ਜਿਨ੍ਹਾਂ ਦਾ ਘਰ ਜੋਗਿੰਦਰ ਨਗਰ ਗੁਰਦੁਆਰੇ ਕੋਈ ਪ